ਸਾਰੇ ਭੈਣ ਭਰਾ ਨੂੰ ਜੈ ਮਸੀਹ। ਮੇਰਾ ਨਾਮ ਮੁਖਤਿਆਰ ਸਿੰਘ ਹੈ ਜੀ, ਪਿੰਡ ਪਤਾਪੁਰ ਅੰਮ੍ਰਿਤਸਰ ਦਾ ਮੈਂ ਰਹਿਣ ਵਾਲਾ ਜੀ। ਅੱਜ ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਿਹਾ ਜੀ। ਮੇਰੇ ਜੀਵਨ ਦੀ ਇਹ ਗਵਾਹੀ ਹੈ ਜੀ, 6 ਸਾਲਾਂ ਤੋਂ ਮੈਂ ਸ਼ਰਾਬ ਪੀਂਦਾ ਹਾਂ ਜੀ, ਸਿਗਰਟ ਬੀੜੀ ਨਸ਼ੇ ਦਾ ਨਸ਼ਾ ਕਰਦਾ ਇਹਨਾਂ ਦਾ ਮੈਂ ਜੀ। ਮੈਂ ਬਹੁਤ ਛੱਡਣਾ ਚਾਹੁੰਦਾ ਪਰ ਮੇਰੇ ਕੋਲ ਛੱਡਿਆ ਨਹੀਂ ਜਾਂਦਾ ਜੀ। ਮੈਂ ਦੁਕਾਨ 'ਤੇ ਸ਼ਾਮਾਂ ਜਦੋਂ 5 ਕੁ ਵਜੇ ਦਾ ਟਾਈਮ ਹੁੰਦਾ ਸੀ, ਮੈਨੂੰ ਜੋਬ ਤੋਂ ਲੈ ਜਾਂਦੇ ਸੀ, ਮੇਰੇ ਯਾਰ ਦੋਸਤ ਵਧੋ ਵਧੋ ਲੈ ਜਾਂਦੇ ਸੀ, ਚੱਲ ਬੈਠ ਗੱਡੀ 'ਚ ਕੋਈ ਗੱਲ ਨਹੀਂ ਆ, ਅਸੀਂ ਆਪੇ ਖਰਚਾ ਕਰਾਂਗੇ। ਕਹਿੰਦਾ ਮੈਨੂੰ ਲੈ ਜਾਣਾ ਖਰਚਾ ਆਪਣੇ ਕੋਲੋਂ ਕਰਨਾ ਇਹਨਾਂ ਨੇ। ਫਿਰ ਇਹਨਾਂ ਜਦੋਂ ਮੈਂ ਛੱਡ ਜਾਣਾ ਮੈਂ ਪੂਰਾ ਰੰਜਣਾ ਹਾਂ। ਫਿਰ ਘਰ ਆ ਕੇ ਬਹੁਤ ਪਰੇਸ਼ਾਨੀ ਹੋਣੀ, ਘਰ ਦੀ ਮੇਰੀ ਨਾਲ ਲੜਨਾ ਪੈਣਾ, ਕੁੱਟ ਮਾਰ ਹੋਣੀ, ਫਿਰ ਮੈਂ ਇਹਨੂੰ ਕੁੱਟਣਾ ਮਾਰਨਾ, ਭਾਂਡੇ ਭੁੰਡੇ ਤੋੜ ਫੋੜ ਕਰ ਦੇਣੀ ਜੀ। ਫਿਰ ਮੈਨੂੰ ਕਿਸੇ ਨੇ ਪਾਸਟਰ ਪੰਕਜ ਰੰਧਾਵਾ ਜੀ ਬਾਰੇ ਕਿਸੇ ਨੇ ਦੱਸਿਆ। ਫਿਰ ਅਸੀਂ ਚਰਚ ਗਏ, ਫਿਰ ਉਹਨਾਂ ਨੇ ਸਾਡੇ 'ਤੇ ਪ੍ਰਾਰਥਨਾ ਕੀਤੀ। ਪ੍ਰਾਰਥਨਾ ਕੀ ਕਰਨ ਤੋਂ ਬਾਅਦ ਬਿਲਕੁਲ ਮੈਂ ਨਸ਼ਿਆਂ ਤੋਂ ਆਜ਼ਾਦ ਹਾਂ। ਹੁਣ ਮੈਂ ਆਪਣੇ ਘਰ ਵਿੱਚ ਬਹੁਤ ਸੁਖੀ ਹਾਂ। ਹੁਣ ਮੈਂ ਕੋਈ ਸ਼ਰਾਬ, ਕੋਈ ਸਿਗਰਟ, ਬਿੜੀ ਦਾ ਨਸ਼ਾ ਮੈਂ ਨਹੀਂ ਕਰ ਰਿਹਾ। ਇਸ ਗਵਾਹੀ ਵਾਸਤੇ ਪਰਮੇਸ਼ੁਰ ਦਾ ਅਤੇ ਪਰਮੇਸ਼ੁਰ ਦੇ ਦਾਸ ਦਾ ਧੰਨਵਾਦ ਕਰਦਾ ਮੈਂ। ਸਾਰੇ ਭੈਣ ਭਰਾ ਨੂੰ ਜੈ ਮਸੀਹ ਜੀ।